ਚਿਤੰਦਰ ਸਿੰਘ ਹਾਂਸਦੀਪ ਪੁਸਤਕ ਪਾਵਨਲ ਬੰਨਿਆਂ ਕਾਲ ਦੀ ਕਹਾਣੀ ਹੈ ਹੂੰ ਦੀਪੋ ਸਮਝ ਨਹੀਂ ਆਉਂਦੀ ਅਚਾਨਕ ਮੀਤ ਨੂੰ ਕੀ ਹੋ ਗਿਆ ਜਿਸ ਸੁੰਸਰਾਵਲ ਮੂ ਵੀ ਨਹੀਂ ਸੀ ਕਰਦਾ ਉੱਥੇ ਜਾ ਬੈਠਾ ਜਿਸ ਨਸੀਬੋ ਦਾ ਪਰਛਾਵਾਂ ਲੈ ਕੇ ਰਾਜੀ ਨਹੀਂ ਸੀ ਉਹਦੇ ਹੱਥਾਂ ਦੀ ਪੱਕੀ ਰੋਟੀ ਕਿਵੇਂ ਖਾਂਦਾ ਹੋਵੇਗਾ ਇੱਥੇ ਕੀ ਨਹੀਂ ਸੀ ਮਿਲਦਾ ਉਹਨੂੰ ਸਭ ਕੁਝ ਤਾਂ ਸੀ ਜਿਸ ਲਈ ਦੁਨੀਆ ਤਰਸਦੀ ਹੈ ਸ਼ਰਾਬ ਪਿੱਛੇ ਤਾਂ ਮੈਂ ਕਈ ਵਾਰਾ ਡਾ ਲਾ ਲੈਂਦੀ ਪੀ ਕੇ ਬਿਮਾਰ ਹੋ ਜਾਂਦਾ ਸ਼ੂਗਰ ਹੈ ਨੌਕਰ ਨੂੰ ਸੱਦਣ ਭੇਜਿਆ ਕਹਿੰਦਾ ਚੱਲ ਮੈਂ ਆਇਆ ਪਰ ਅੱਜ 3 ਦਿਨ ਹੋ ਗਏ ਹੁਣ ਤੱਕ ਨਹੀਂ ਆਇਆ ਮੈਨੂੰ ਮਿਚਮਿਚ ਕਰਨਾ ਨਹੀਂ ਆਉਂਦਾ ਹੁਣੇ ਜਾ ਕੇ ਬਾਹੋਂ ਧੂਲ ਲਿਉਣੀ ਹੈ ਅੱਜ ਇੱਕ ਸਿਰਾ ਕਰ ਦੇਣਾ ਮੈਂ ਤਾਂ ਮਨਹੂਸ ਨਸੀਬੋ ਦੇ ਮੱਥੇ ਮੱਥੇ ਲੱਗਣੋਂ ਜੱਕਦੀ ਸੀ ਉਸ ਘਰ ਜਾਣ ਤੋਂ ਜੱਕਦੀ ਸੀ ਜਿੱਥੋਂ ਨਿਕਲ ਕੇ ਰੱਬ ਦਾ ਸ਼ੁਕਰ ਮਨਾਇਆ ਸੀ ਲੱਗਾ ਸੀ ਨਰਕ ਤੋਂ ਖਹਿਣਾ ਛੁੱਟਾ ਸਮੂਹ ਕਿਵੇਂ ਬਦਲਦੀ ਹੈ ਅੱਜ ਉਸ ਮੀ ਉਸੇ ਮੀਤ ਦੇ ਜਾਣ ਨਾਲ ਘਰ ਖਾਲੀ-ਖਾਲੀ ਲੱਗਦਾ ਹੈ ਉਸ ਵੇਲੇ ਸਭ ਤੋਂ ਵੱਡਾ ਨਰਕ ਉਹੀ ਤਾਂ ਲੱਗਿਆ ਸੀ ਮਾਂ-ਬਾਪ ਦਾ ਵਿਹੜਾ ਛੱਡ ਕੇ ਨਵੀਂ ਨਵੇਲੀਆਂ ਵਾਂਗ ਆਈ ਸੰਗਦੀ ਸੀ ਕਿਹੋ ਜੀ ਰੀਤ ਐ ਜ਼ਮਾਨੇ ਦੀ ਜਿਹਨੂੰ ਜਾਣਦੇ ਵੀ ਨਹੀਂ ਉਸੇ ਨੂੰ ਹੱਥ ਫੜਾ ਦੇਣਾ ਸਾਰੀ ਜ਼ਿੰਦਗੀ ਕੱਢਣ ਨੂੰ ਡੋਲੀ ਚੜ੍ਹਦੀਆਂ ਕੁੜੀਆਂ ਤਾਈਆਂ ਰੋਂਦੀਆਂ ਨੇ ਕਿੰਨਾ ਹੀ ਚਿਰ ਉੱਪਰ ਉੱਪਰ ਲੱਗਦਾ ਰਿਹਾ ਕੋਈ ਵੀ ਅਜੇ ਆ ਜੀ ਨਹੀਂ ਸੀ ਜਿਸ ਨਾਲ ਰਚ ਮਿਚ ਸਕਦੀ ਪਤੀ ਕਸ਼ਮੀਰਾ ਵੇਲੇ ਕੁ ਵੇਲੇ ਘਰ ਵੜਦਾ ਮੇਰੇ ਪੇਕੇਆਂ ਨੇ ਮੋਟਰਸਾਈਕਲ ਜੋ ਦੇ ਦਿੱਤਾ ਸੀ ਉਸੇ ਤੋਂ ਹੀ ਨ ਉਤਰਦਾ ਜੇ ਠਾਣੀ ਨਸੀਬੋ ਛੋਟੀ ਭੈਣ ਵਾਂਗ ਖਿਆਲ ਰੱਖਦੀ ਪਰ ਉਸ ਬਾਂਝ ਤੋਂ ਡਰ ਜਾ ਲੱਗਦਾ ਰਹਿੰਦਾ ਉਹ ਹਰ ਰੋਜ਼ ਸਾਧਾਂ ਸੰਤਾ ਕੋਲੋਂ ਧਾਗੇ ਤਵੀਤ ਕਰਾਉਂਦੀ ਤੁਰੀ ਰਹਿੰਦੀ ਕਿਦਰੇ ਕੁਝ ਕਰਾ ਕੇ ਖੁਆਈ ਨ ਦਿੱਤਾ ਹੋਵੇ ਇਹ ਮੀਤ ਤਾਂ ਉਹੀ ਚੰਗਾ ਨਾ ਲੱਗਿਆ ਇਹਦੀ ਝੱਕਣੀ ਚੰਗੀ ਨਹੀਂ ਸੀ ਪਹਿਲੀ ਵਾਰ ਇਹਦੀਆਂ ਨਜ਼ਰਾਂ ਉਸ ਵੇਲੇ ਚੁਭੀਆਂ ਜਦੋਂ ਵਿਆਹ ਤੋਂ ਬਾਅਦ ਚੌਂਕੇ ਚੜਨ ਦੀ ਰਸਮ ਸੀ ਮਿੱਠੀਆਂ ਰੋਟੀਆਂ ਪਾ ਕੇ ਪਰਿਵਾਰ ਨੂੰ ਪਰੋਸ ਰਹੀ ਸਾਂ ਥੋੜੇ ਜਿ ਕੱਡੇ ਘੁੰਡ ਵਿੱਚੋਂ ਜਦੋਂ ਵੀ ਟੀਰੀ ਜੀ ਇਸ ਗੱਲ ਵੱਲ ਇਸ ਗੱਲ ਝਾਕਦੀ ਇਹ ਮੇਰੇ ਵਾਲੀ ਦੇਖ ਰਿਆ ਹੁੰਦਾ ਫਿਰ ਉਂਗਲੀਆਂ ਚਟਦਾ ਬੋਲਿਆ ਵੀ ਇਹੋ ਜਿਹਾ ਪਕਵਾਨ ਤਾਂ ਕਦੇ ਨਹੀਂ ਖਾਦਾ ਅਜੇ ਵੀ ਹੱਥਾਂ 'ਚ ਕਸਤੂਰੀ ਵਰਗੀ ਮਹਿਕ ਆਈ ਜਾਂਦੀ ਹੈ ਮਨ ਚਾਈ ਪੁੱਛਾਂ ਫੋਟ ਕਦੇ ਮਿੱਠੀਆਂ ਰੋਟੀਆਂ ਨਹੀਂ ਖਾਧੀਆਂ ਕਦੇ ਕਸਤੂਰੀ ਦੇਖੀ ਆ ਥੋੜਾ ਜਿ ਘੁੰਡ ਕੱਢ ਕੇ ਜਦੋਂ ਅੱਗੇ ਨੂੰ ਲੰਘਦੀ ਤਾਂ ਲੱਗਦਾ ਉਹਦੀਆਂ ਨਜ਼ਰਾਂ ਮੇਰਾ ਪਿੱਛਾ ਕਰ ਰਹੀਆਂ ਨੇ ਸਰੀਰ ਤੇ ਜਾਣੀ ਕੁਝ ਸੂਲਾ ਵਾਂਗ ਚੁੱਭਣ ਲੱਗਦਾ ਵਾ ਲੱਗਦੀ ਇਹਦੇ ਸਾਹਮਣੇ ਨਾ ਜਾਂਦੀ ਇਹਦੇ ਬਿੜਕ ਸੁਣ ਕੇ ਆਪਣੀ ਬੈਠਕ ਚ ਜਾਵੜਦੀ ਉਹੀ ਬੈਠਕ ਹੁਣ ਨਸੀਬੋ ਦਾ ਰਹਿਣ ਵਸੇਰਾ ਬਣੀ ਹੋਈ ਆ ਮੀਤ ਵੀ ਹੁਣ ਉੱਥੇ ਹੀ ਬੈਠਿਆ ਹੋਣਾ ਜਾਵੜਿਆ ਹੋਣਾ ਬਿੱਲੀ ਵਾਂਗ ਪੂਲੇ ਪੈਰੀ ਉਦੋਂ ਵੀ ਇਹ ਘਰ ਵੜਨ ਲੱਗਿਆ ਘਰ ਦੇ ਵੱਡਿਆਂ ਵਾਂਗ ਖੰਗੂਰਾ ਤੱਕੀ ਮਾਰਨਾ ਸੀ ਬਿੱਲੀ ਵਾਂਗ ਪੂਲੇ ਪੈਰੀ ਅੰਦਰ ਆਵੜਦਾ ਐਵੇਂ ਕੋਈ ਫਜ਼ੂਲ ਜੀ ਗੱਲ ਪੁੱਛ ਲੈਂਦਾ ਹਰ ਗੱਲ ਦੇ ਉੱਤਰ 'ਚ ਦੋ ਤਿੰਨ ਵਾਰ ਵੀਰ ਜੀ ਵੀਰ ਜੀ ਜ਼ਰੂਰ ਆਖਦੀ ਖਿਜਦੀ ਇਹਨੂੰ ਕੰਜਨ ਨੂੰ ਇਹ ਵੀ ਨਹੀਂ ਪਤਾ ਛੋਟੀ ਪਰਜਾਈ ਧਿਆਰ ਗਈ ਹੁੰਦੀ ਹੈ ਦਿਲ ਕਰਦਾ ਕਸ਼ਮੀਰੀ ਨੂੰ ਸਭ ਕੁਝ ਦੱਸ ਦੇਵਾਂ ਪਰ ਦੱਸਣ ਵਾਲੀ ਕੋਈ ਗੱਲ ਨਾ ਲੱਗੀ ਹੋ ਸਕਦਾ ਇਹਦੀ ਝਾਕਣੀ ਇਦਾਂ ਦੀ ਹੋਵੇ ਰਾਤ ਨੂੰ ਕਸ਼ਮੀਰੀ ਦੀ ਛਾਤੀ ਤੇ ਸਿਰ ਰੱਖਿਆ ਹੰਝੂ ਆਪ ਮੁਹਾਰੇ ਵਗ ਤੁਰੇ ਮੈਂ ਤਾਂ ਤੁਹਾਡੀ ਸੂਰਤ ਵੀ ਭੁੱਲ ਗਈ ਨੇਰੇ ਸਵੇਰੇ ਘਰ ਵੜਦੇ ਹਾਂ ਮੈਨੂੰ ਤਾਂ ਸਨਸਰਾ ਵਰਗਾ ਘਰ ਖਾਣ ਨੂੰ ਆਉਂਦਾ ਉਵਾਲਾਂਛੱਤ ਫੇਰਦਾ ਬੋਲਿਆ ਓਏ ਕਮਲਿਏ ਇਹ ਸੋਨਸਰਾ ਭਾਬੀ ਤੇਰਾ ਗੋਲਪੁਣਾ ਕਰਨ ਨੂੰ ਅੱਗੇ ਪਿੱਛੇ ਰਹਿੰਦੀ ਐ ਤੇ ਜੇ ਮੈਂ ਵੀ ਤੇਰੇ ਗੋਡੇ ਮੁੱਢ ਬੈਠਾ ਰਿਆ ਘਰ ਕਿਵੇਂ ਚੱਲੂ ਕੰਮ ਬਿੰਦਕੜੀ ਦਾ ਹੁੰਦਾ ਦਿਨ ਰਾਤ ਵੀਰ ਜੀ ਨਹੀਂ ਕਰ ਸਕਦੇ ਇਹ ਕੰਮ ਜਦੋਂ ਕੋਸੇ ਕੋਸੇ ਹੰਝੂ ਛਾਤੀ ਤੇ ਮਹਿਸੂਸ ਹੋਏ ਉਹਨੇ ਗੰਭੀਰ ਹੋ ਕੇ ਮੇਰਾ ਦੁੱਖ ਪੁੱਛਿਆ ਸੀ ਮੈਨੂੰ ਉਹਨੇ ਜਾਣੀ ਜਾਣੀ ਡਰਜਾ ਲੱਗਦਾ ਰਹਿੰਦਾ ਡਰ ਕਾ ਦਾ ਵੀਰ ਜੀ ਦੀਆਂ ਅੱਖਾਂ ਕਿੰਨੀਆਂ ਡਰਾਉਣੀਆਂ ਨੇ ਅੱਛਾ ਉਹ ਹੱਸ ਪਿਆ ਮੈਨੂੰ ਤਾਂ ਕਦੇ ਡਰ ਨਹੀਂ ਲੱਗਿਆ ਉਹਦੀਆਂ ਚੁੰਨੀਆਂ ਜੀਆਂ ਅੱਖਾਂ ਤੋਂ ਕੁਝ ਕਹਿੰਦਾ ਵੀ ਹੁੰਦਾ ਫਿਰ ਉਹਦੀ ਆਵਾਜ਼ ਤਲਖ ਹੋ ਗਈ ਸੀ ਮੈਂ ਨਾਂਚ ਸਿਰ ਹਿਲਾਇਆ ਉਹਨੇ ਮੇਰਾ ਲਾਲ ਹੋਇਆ ਮੂੰਹ ਹੱਥ ਨਾਲ ਤਾਂ ਚੱਕ ਕੇ ਸ਼ਰਾਰਤ ਨਾਲ ਪੁੱਛਿਆ ਹੋਰ ਕਿਵੇਂ ਕਿਵੇਂ ਝਾਕਦਾ ਮੈਂ ਮੂੰਹ ਛਡਵਾ ਕੇ ਫਿਰ ਉਹਦੀ ਛਾਤੀ 'ਚ ਲੁਕੋ ਲਿਆ ਉਹ ਹੱਸ ਪਿਆ ਓਏ ਪਾਗਲਾ ਕਿੰਨੇ ਸਾਲ ਹੋ ਗਏ ਉਹ ਕਦੇ ਹੋਰੂ ਨਜ਼ਰਾਂ ਨਾਲ ਭਾਬੀ ਵੱਲ ਨਹੀਂ ਝਾਕਿਆ ਜੇ ਝਾਕਦਾ ਹੁੰਦਾ ਅੱਜ ਉਹਦੀ ਗੋਦ ਸੁੰਨੀ ਹੁੰਦੀ ਚੰਗਾ ਮਾਲਕੋ ਹੁਣ ਨਹੀਂ ਤੁਹਾਡੇ ਕੋਲੋਂ ਹਿਲਦਾ ਕਹਿ ਕਿਉਂ ਨੇ ਬਾਹਾਂ ਚ ਘੁੱਟ ਲਿਆ ਸੀ ਗੱਲ ਹਾਸੇ ਚ ਟਲ ਗਈ ਸੀ ਪਰ ਮੈਨੂੰ ਮੀਤ ਦੀਆਂ ਹਰਕਤਾਂ ਤੋਂ ਲੱਗਦਾ ਉਹਦੇ ਚਾਲੇ ਠੀਕ ਨਹੀਂ ਡਰਜਾਂ ਲੱਗਿਆ ਰਹਿੰਦਾ ਡਰ ਸੱਚ ਵੀ ਨਿਕਲਿਆ ਸੀ ਨਸੀਬ ਪੇਕਿਆਂ ਦਾ ਬਹਾਨਾ ਬਣਾ ਕੇ ਕਿਸੇ ਸਾਥ ਸੰਦੇ ਡੇਰੇ ਦਵਾਈ ਖਾਣ ਗਈ ਹੋਈ ਸੀ ਮੀਤ ਟਰੈਕਟਰ ਲੈ ਕੇ ਮੋਟਰ ਤੇ ਗਿਆ ਹੋਇਆ ਸੀ ਕਸ਼ਮੀਰਾ ਸ਼ਹਿਰ ਵੱਲ ਨਿਕਲਿਆ ਹੋਇਆ ਸੀ ਸੂਰਜ ਲਹਿੰਦੇ ਵੱਲ ਡੁੱਬਦਾ ਡੁੱਬਦਾ ਡੁੱਬ ਗਿਆ ਮੇਰਾ ਦਿਲ ਡੋਬੇ ਖਾਣ ਲੱਗਾ ਉਸੇ ਤਰ੍ਹਾਂ ਹੀ ਮੱਜਾਂ ਦਾ ਦੁੱਧ ਚੋਲਿਆ ਰੋਟੀ ਟੁੱਕ ਦਾ ਕੰਮ ਨਿਬੇੜ ਲਿਆ ਸਾਰੇ ਕੰਮ ਕਾ ਕੇ ਵਿਹਲੀ ਹੋਈ ਦਿਲ ਜ਼ਿਆਦਾ ਡੁੱਬਣ ਲੱਗਿਆ ਗਵੰਡਨ ਚਾਚੀ ਨੂੰ ਹਾਕ ਮਾਰਨ ਤੁਰੀ ਬਿਜਲੀ ਚਲੀ ਗਈ ਚੁੱਲ੍ਹੇ ਅੱਗੇ ਪਿਆ ਦੁੱਧ ਸੰਭਾਲਣ ਲੱਗੀ ਕਿਦਰ ਇਹ ਨੇਰੇ ਚ ਬਿੱਲੀ ਨਾ ਮੂੰਹ ਮਾਰ ਜਾਏ ਦੀਵਾ ਬਾਲਣ ਲਈ ਉੱઠી ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਉੱਥੇ ਹੀ ਬੈਠ ਗਈ ਜਾਨ ਚ ਜਾਨ ਆਈ ਸ਼ੁਕਰ ਹੈ ਆ ਗਏ ਉਹ ਮੋਟਰਸਾਈਕਲ ਖੜਾ ਕੇ ਬਾਹਰ ਗੇਟ ਬੰਦ ਕਰ ਆਇਆ ਅਜੇ ਵੀਰ ਜੀ ਨੇ ਆਉਣਾ ਗੇਟ ਖੁੱਲਾ ਰਹਿਣ ਦਿੰਦੇ ਸ਼ਰਾਬ ਦੀ ਹਵਾੜ ਮੇਰੇ ਨੱਕ ਨੂੰ ਚੜ ਗਈ ਹੂੰ ਐਨਾ ਨੇਹਰਾ ਕਰਿਆ ਏ ਮੇਰੀ ਤਾਂ ਕੱਲੀ ਦੀ ਡਰ ਨਾਲ ਜਾਨ ਨਿਕਲ ਲੱਗੀ ਸੀ ਸੌਦੇ ਨਹੀਂ ਲਿਆਏ ਸ਼ਹਿਰੋਂ ਹੂੰ ਕੀ ਹੂੰ ਹੁ ਕਰੀ ਜਾਣਿਓ ਮੈਂ ਦੀਵਾ ਬਾਲਦੀ ਹਾਂ ਹੂੰ ਮੇਰੇ ਲੱਕ ਦੁਆਲੇ ਬਾਂਧਾ ਬਲੇਵਾ ਪਾ ਲਿਆ ਮੂੰਹ ਨੇੜੇ ਲਿਆ ਮੇਰੀ ਚੀਕ ਨਿਕਲ ਗਈ ਇਹ ਤਾਂ ਮੀਤ ਸੀ ਉਹਨੂੰ ੱੱਕਾ ਮਾਰ ਕੇ ਚੀਕਾ ਮਾਰਦੀ ਵਿੱਚੋਂ ਲਣਮਾਸੀ ਦੇ ਘਰ ਭੱਜ ਗਈ ਬਾਅਦ ਚ ਪਤਾ ਲੱਗਾ ਇਹ ਕਸ਼ਮੀਰੀ ਨੂੰ ਸ਼ਰਾਬੀ ਕਰਕੇ ਮੋਟਰ ਤੇ ਪਾ ਆਇਆ ਸੀ ਸਵੇਰੇ ਦੋਹਾਂ ਭਰਾਵਾਂ ਦੀ ਲੜਾਈ ਹੋਈ ਸੀ ਅਸੀਂ ਅੱਡ ਹੋ ਗਏ ਖੇਤ ਚ ਕੋਠੀ ਪਾ ਲਈ ਉਹੀ ਮੀਤ ਜਿਹੜਾ ਮੇਰੀ ਖਾਤਰ ਇਹੋ ਜਿਹੇ ਕਰਤੂਤਾਂ ਕਰਦਾ ਸੀ ਹੁਣ ਮੇਰਾ ਸੁਨੇਹਾ ਸੁਣ ਕੇ ਵੀ ਨਹੀਂ ਆਇਆ ਇਹ ਆਦਮੀ ਵੀ ਬੱਸ ਕਸ਼ਮੀਰੀ ਦੀ লাশ ਘਰ ਆਈ ਮੈਂ লাশ ਹੀ ਬਣ ਗਈ ਸੀ ਸਾਰੇ ਅੰਗ ਸਾਥ ਮੈਨੂੰ ਮੀਤ ਦੇ ਸਿਰ ਧਰਨ ਲਈ ਜ਼ੋਰ ਪਾ ਰਹੇ ਸਨ ਪਰ ਮੈਂ ਦੋ ਚਿੱਤੀ ਚ ਹੁਣ ਉਸੇ ਬੰਦੇ ਨਾਲ ਕਿਵੇਂ ਰਹੂੰਗੀ ਜਿਹਨੂੰ ਜੁੱਤੀ ਦੀ ਠੋਕਰ ਵੀ ਨਹੀਂ ਸੀ ਸਮਝਦੀ ਇਹ ਤਾਂ ਜਗਤਰ ਵੀਰ ਹੈ ਸੇ ਧੱਕਣ ਤੱਕ ਕਰਨਾ ਹੀ ਪੈਣਾ ਕਿਉਂ ਨਾ ਪੱਗ ਸੋਨੂ ਸਿਰ ਬੰਨੀ ਜਾਏ ਦਸਾਂ ਸਾਲਾਂ ਨੂੰ ਮੇਰੇ ਪੁੱਤ ਨੇ ਜਵਾਨ ਹੋ ਜਾਣਾ ਸਿਆਣੀਆਂ ਬੁੜੀਆਂ ਨੇ ਕਿਹਾ ਇਹਨੂੰ ਜਵਾਕ ਨੂੰ ਸਿਰ ਤੇ ਪੱਗ ਦੀ ਨਹੀਂ ਸਿਰ ਤੇ ਹੱਥ ਦੀ ਲੋੜ ਹੈ ਫਿਰ ਨਸੀਬੋ ਨਿਪੁੱਤੀ ਸੀ ਸੋਨੂ ਨੂੰ ਜ਼ਮੀਨ ਵੀ ਹੋਰ ਮਿਲ ਜਾਣੀ ਸੀ ਇਹਨਾਂ ਭੰਨਾ ਘੜਤਾਂ ਛਾਂ ਕਰਦੀ ਨਸੀਬੋ ਵਰਗਿਆਂ ਨਿਤ ਨਵੇਂ ਖਸਮ ਪਾਲਦੀਆਂ ਨੇ ਹੋਰ ਕੀ ਉਹ ਨਿਤ ਖੇ ਖਾਣ ਨੂੰ ਤੁਰੀ ਰਹਿੰਦੀ ਸੀ ਕਸ਼ਮੀਰੇ ਦੇ ਹੁੰਦੇ ਆ ਕਿਸੇ ਵੱਲ ਚੱਕ ਹੀ ਨਹੀਂ ਨਹੀਂ ਕਿਸੇ ਨੂੰ ਆਪਣੇ ਵੱਲ ਝਾਕਣ ਦਿੱਤਾ। ਮੀਤ ਨੂੰ ਪਹਿਲਾਂ ਹੀ ਮੈਂ ਸੌ ਦੀ ਇੱਕ ਸੁਣਾਤੀ ਵੀ ਮੈਨੂੰ ਕਿਸੇ ਨਾਲ ਵੰਡਣ ਦੀ ਆਦਤ ਨਹੀਂ। ਇੱਕ ਦਾ ਬਣ ਕੇ ਰਹੀ ਇਹਨੇ ਕਿਹਾ ਸੀ ਸਾਰੀ ਉਮਰ ਪੈਰ ਧੋਤੋ ਪਿਓ। ਕਸ਼ਮੀਰੇ ਤੋਂ ਬਾਅਦ ਮੈਂ ਤਾਂ ਆਪਣਾ ਸਭ ਕੁਝ ਇਹਨੂੰ ਮੰਨ ਲਿਆ। ਪਰ ਇਹਦੇ ਮਨ 'ਚ ਜ਼ਰੂਰ ਕੋਈ ਖੋਟ ਸੀ ਤਾਈਆਂ ਹੁਣ ਇੰਨੇ ਵਰਿਆਂ ਬਾਅਦ ਫਿਰ ਉਸ ਕੋਲ ਜਾ ਬੈਠਾ। ਕੀ ਖਟਿਆ ਇਸ ਵਣਜ ਵਿੱਚੋਂ? ਇਹ ਵਸੀਅਤ ਹੀ ਤਾਂ ਹੈ। ਉਹਨੂੰ ਕੀ ਸਿਰਚ ਮਾਰਾਂ? ਵਸੀਅਤ ਬਦਲੀ ਵੀ ਜਾ ਸਕਦੀ ਹੈ। ਹਾਰ ਮੰਨਣ ਵਾਲੀ ਮੈਂ ਵੀ ਨਹੀਂ ਹੁਣੇ ਜਾ ਕੇ ਕੰਜਰ ਨੂੰ ਬਾਹੋਂ ਫੜ ਲਿਆਉਣੀ ਆ ਅੱਜ ਇੱਕ ਸੇਰਾ ਕਰ ਦੇਣਾ ਨਸੀਬੋ ਬੁੱਧਵਾਰ ਸੀ ਬੁੱਧ ਕਮਸ਼ੁਧ ਸਿਰ ਤੇ ਚਿੱਟੀ ਪੱਗ ਚਿੱਟਾ ਕੁਰਤਾ ਪਜਾਮਾ ਦਾੜੀ ਨੂੰ ਕਲਫ ਨਾ ਲੱਗੀ ਹੁਣ ਕਰਕੇ ਜੜਾਂ ਵੱਲੋਂ ਚਿੱਟੀ ਤੇ ਹੇਠਾਂ ਪੀਲੀ ਜਿਵੇਂ ਕੋਈ ਫਰਿਸ਼ਤਾ ਹੋਵੇ ਇਹ ਦਾਨਵ ਫਰਿਸ਼ਤਾ ਕਿਵੇਂ ਹੋ ਸਕਦਾ ਆਉਂਦਾ ਦੇਖ ਅੱਖਾਂ ਨੂੰ ਯਕੀਨ ਨਾ ਆਇਆ ਮਾਲਾ ਹੱਥੋਂ ਡਿਗਦੀ ਡਿਗਦੀ ਬਚੀ ਇੰਨੇ ਵਰਿਆਂ ਬਾਅਦ ਇਹਨੂੰ ਮੇਰੀ ਯਾਦ ਕਿਵੇਂ ਆ ਗਈ ਕਿੰਨੀ ਵਾਰ ਬਿਮਾਰ ਹੋਈ ਦੁੱਖਾਂ ਦੇ ਪਹਾੜ ਟੁੱਟੇ ਸੱਤ ਬਗਾਨੇ ਵੀ ਹਾਲਚਲ ਪੁੱਛ ਜਾਂਦੇ ਇਹਨੇ ਕਦੇ ਝੂਠੀ-ਮੁੱਠੀ ਖ਼ਬਰ ਵੀ ਨਾ ਪੁੱਛੀ ਖਰਚਾ ਦਾਣੇ ਵੀ ਨੌਕਰ ਹੱਥ ਭੇਜ ਦਿੰਦਾ ਮੈਂ ਤਾਂ ਇਹਨੂੰ ਮਰਿਆ ਸਮਝ ਕੇ ਰੋ ਪਿੱਟ ਲਿਆ ਸੀ ਦਿਲ ਕਰਦਾ ਹੁਣ ਇਹਦੀ ਛਾਤੀ ਤੇ ਦੋ ਹੱਥ ੜ ਮਾਰ ਕੇ ਪਿੱਟਾਂ ਉੱਚੀ-ਉੱਚੀ ਰੋਵਾਂ ਜੋ ਦਿਲ 'ਚ ਹੈ ਕਹਿ ਕੇ ਹੌਲੀ ਹੋ ਜਾਵਾਂ ਸੰਤਾਂ ਦੇ ਬਚਨ ਯਾਦ ਆਉਂਦੇ ਨੇ ਕਈ ਵਾਰ ਚੰਗਾ ਹੁੰਦਾ ਜੋ ਦਿਲ 'ਚ ਹੈ ਦਿਲਚੀ ਰਹੀਂ ਵੈਗਰੂ ਵੈਗਰੂ ਕਰਕੇ ਦਿਲ ਚ ਉੱਠ ਰਿਹਾ ਉਬਾਲ ਦਬਾਉਣ ਦੀ ਕੋਸ਼ਿਸ਼ ਕਰਦੀ ਆ ਮਾਲਾ ਵਾਲਾ ਹੱਥ ਤੇਜ਼-ਤੇਜ਼ ਘੁੰਮਣ ਲੱਗਾ ਇਹ ਆਲਾ ਦਵਾਲਾ ਦੇਖੀ ਜਾ ਰਿਆ ਜਿਵੇਂ ਹੈਰਾਨ ਹੋ ਗਈ ਇਹ ਘਰ ਖੋਲਾ ਕਿਉਂ ਨਹੀਂ ਬਣਿਆ ਜਿਹਨੂੰ ਉਜਾੜ ਗਿਆ ਸੀ ਸ਼ਾਇਦ ਦੇਖਣ ਆਇਆ ਮੈਂ ਕਦੋਂ ਮਰਦੀ ਆ ਮੰਜਾ ਵੇਲਾ ਕਰਦੀ ਆ ਕਾਲੀ ਜ਼ੁਬਾਨ ਵਾਲੀ ਦੀਪੋ ਰੰਡੀ ਦਾ ਕਿਹਾ ਇੱਥੇ ਕਬੂਤਰਾਂ ਹੀ ਬੋਲਣਾ ਕਦੋਂ ਸੱਚ ਹੁੰਦਾ ਮੇਰੇ ਵੱਲ ਵੇਖ ਨੀਵੀਂ ਪਾ ਲਈ ਸ਼ਾਇਦ ਅੱਖਾਂ ਪੇੜਨ ਦੀ ਹਿੰਮਤ ਨਹੀਂ ਰਾਜ਼ੀ ਹੈ ਜਿਵੇਂ ਕੋਈ ਉਪਰੀ ਸ਼ੈ ਬੋਲੀ ਹੋਵੇ ਮਨ ਚਾਈ ਅੱਖਾਂ ਆਹੋ ਇਨੀ ਕੁੱਤੇ ਖਾਣੀ ਤੋਂ ਬਾਅਦ ਵੀ ਰਾਜੀ ਮਰੀ ਨਹੀਂ ਵਾਵ ਰੋਲਾ ਜਿਹਾ ਦਿਮਾਗ ਝੁੱਟਿਆ ਅੱਖਾਂ ਮੇਰੇ ਘਰ ਪੈਰ ਪਾਉਣ ਦੀ ਸੀ ਤੇਰੀ ਹਿੰਮਤ ਕਿਵੇਂ ਹੋਈ ਰਾਜੀ ਇਹ ਪੁੱਛਣ ਆਲਾ ਤੂੰ ਕੌਣ ਐ ਮੇਰਾ ਇੰਨੇ ਸਾਲ ਉਸ ਰੰਡੀ ਨੇ ਕਿਹੜੇ ਪੜੋਲੇ ਪਾਈ ਰੱਖਿਆ ਹੁਣ ਰਾਜੀ ਪੁੱਛਣ ਆ ਗਿਆ ਉਸੇ ਕੋਲ ਰਹਿ ਉਸੇ ਦੀਆਂ ਲਾਲਾਂ ਚੱਟ ਮੱਸੀ ਬੁੱਲ ਚਿਬਕੇ ਰੋਣ ਰੋਕਿਆ ਸੰਤਾਂ ਦੇ ਬਚਨ ਦਿਮਾਗ 'ਚ ਗੂੰਜੇ ਨੇ ਪਤੀ-ਪਾਵੇਂ ਕਿਹੋ ਜਿਹਾ ਵੀ ਹੋਵੇ ਪਰਮੇਸ਼ਰ ਹੁੰਦਾ ਹੈ ਪੂਜਣ ਯੋਗ ਫਿਰ ਘਰ ਵੀ ਤਾਂ ਇਸੇ ਦਾ ਹੈ ਮੇਰੇ ਕੋਲੋਂ ਮੰਝਾ ਡਾਇਆ ਗਿਆ ਇਹ ਬੈਠਿਆ ਨਹੀਂ ਘਰ ਨੂੰ ਨੀਜ ਨਾਲ ਦੇਖੀ ਜਾ ਰਿਹਾ ਦਿਲ 'ਚ ਹੂਕ ਜੀ ਉੱਠੀ ਕਦੀ ਮੈਨੂੰ ਵੀ ਏਕਣ ਦੇਖਣਾ ਚੰਦਰਿਆ ਮੰਝੇ ਤੇ ਬੈਠਣ ਲੱਗੇ ਨੇ ਗੋਡੇ ਤੇ ਹੱਥ ਧਰਿਆ ਮੂੰਹ ਹਾਈ ਨਿਕਲਿਆ ਸ਼ਾਇਦ ਗੋਡਿਆਂ ਦੇ ਦਰਦ ਕਰਕੇ ਕੀ ਹੋਇਆ ਕਹਿੰਦਾ ਮੂੰਹ ਮੱਸੀ ਰੋਕਿਆ ਹੁਣ ਮੇਰਾ ਇਹਦੇ ਨਾਲ ਕੀ ਸਬੰਧ ਮੈਂ ਤਾਂ ਇਹਨਾਂ ਦੀ ਸਿਣਕੀ ਪਿੰਕੀ ਹੋਈਆਂ ਰਸੋਈ 'ਚ ਜਾ ਕੇ ਅੱਖਾਂ ਸਾਫ਼ ਕੀਤੀਆਂ ਚੰਦਰੀਆਂ ਐਵੇਂ ਵਗ ਤੁਰੀਆਂ ਨੇ ਇਹ ਆਇਆ ਕਿਉਂ ਏ ਮੇਰੇ ਸੁੱਕੇ ਜ਼ਖਮ ਹਰੇ ਕਰਨ ਕਿਤੇ ਔਰੰਡੀ ਨੇ ਇਹਨੂੰ ਵੀ ਸਿਣਕ ਤਾਂ ਨਹੀਂ ਦਿੱਤਾ ਸਭ ਕੁਝ ਆਪਣੇ ਹੱਥ ਕਰਕੇ ਖਸਕੇਰ ਤਾਂ ਨਹੀਂ ਦਿੱਤਾ ਸ਼ਾਇਦ ਸੰਤਾਂ ਦੇ ਬਚਨ ਪੂਰੇ ਹੋ ਗਏ ਉਹਨੇ ਇੱਕ ਦਿਨ ਮੋੜ ਆਉਣਾ ਜਦੋਂ ਦਾਤੇ ਦੀ ਨਜ਼ਰ ਸਵੱਲੀ ਹੋ ਗਈ ਹੁਣ ਇਸ ਵੱਲੀ ਨਜ਼ਰ ਦਾ ਕੀ ਕਰਨਾ ਅਗਲੇ ਜਹਾਨ ਜਾਣ ਦੀ ਤਿਆਰੀ ਐ ਉਹ ਵੀ ਜੱਗੋਂ ਜਹਾਨੋਂ ਖਾਲੀ 헤 ਰੱਬ ਸੱਚੇ ਅਗਲੇ ਜਨਮ ਤੀਵੀਂ ਦੀ ਜੂਨ ਨਾ ਪਾਈ ਜਾਂ ਫਿਰ ਝੋਲੀ ਖਾਲੀ ਨਾ ਰੱਖੀ ਦਿਲ ਚੱਗ ਜੀ ਮੱਚਦੀ ਐ ਅਛਾ ਦੀ ਪੁਰੰਡੀ ਤੈਨੂੰ ਅਗਲੇ ਜਹਾਨ ਢੋਈ ਨਾ ਮਿਲੇ ਸ਼ਾਂਤ ਬੱਚਾ ਸ਼ਾਂਤ ਸੰਤਾ ਦੇ ਬਚਨ ਗੂੰਜੇ ਨੇ ਪਾਣੀ ਦਾ ਗਲਾਸ ਭਰਿਆ ਉਸ ਵੱਲ ਤੁਰ ਪੈਣੀ ਆ ਪਤਾ ਨਹੀਂ ਇਹ ਕੰਮ ਮੇਰੇ ਕੋਲੋਂ ਕੌਣ ਕਰਵਾਈ ਜਾ ਰਿਹਾ ਗਲਾਸ ਫੜਦਾ ਬੋਲਿਆ ਕਮਜ਼ੋਰ ਬੜੀ ਹੋ ਗਈ ਸਰੀਰ ਟਲ ਐ ਉਨੀ ਪੈਰੀ ਵਾਪਸ ਮੁੜੀ ਕੋਇਆਂ ਚ ਪਾਣੀ ਸੇ ਮਾਇਆ ਕਾਲੀ ਕਾਲੀ ਰਸੋਈ ਚ ਜਾਵੜੀ ਚੰਦਰਿਆ ਕਦੇ ਸਰੀਰਾਂ ਤੋਂ ਅੱਗੇ ਵੀ ਝਾਕ ਲਿਆ ਕਰ ਹਰੇਕ ਦੀ ਆਤਮਾ ਹੁੰਦੀ ਐ ਮਨ ਵੀ ਹੁੰਦਾ ਪਰ ਜਿਹੜੇ ਬੰਦੇ ਨੇ ਸਾਰੀ ਉਮਰ ਸਰੀਰ ਹੀ ਦੇਖੇ ਹੁਣ ਮੈਨੂੰ ਕਹਿਣਾ ਹੁੰਦਾ ਸੀ ਰੱਬ ਨੇ ਤੈਨੂੰ ਵੀ ਅਜੂਬਾ ਹੀ ਬਣਾਇਆ ਢਿੱਲੇ ਜਿ ਗੁਰਵਰਗਾ ਸਰੀਰ ਜਿੱਧਰ ਮੋੜੇ ਮੁੜ ਜਾਂਦਾ ਮੋٹے ਮੋٹے ਨੈਣ ਨਕਸ਼ ਥੱਪਤੇ ਦਿਮਾਗ ਚ ਤੂੜੀ ਭਰਤੀ ਬਸ ਇੱਕ ਗੱਲ ਕਰਤੀ ਉਤੇ ਚਿੱਟੇ ਰੰਗ ਦੀ ਕੁੱਚੀ ਫੇਰਤੀ ਮੈਂ ਪੋਲਾ ਪੰਛੀ ਚਿੱਟਾ ਰੰਗ ਦੇਖ ਕੇ ਫਸ ਗਿਆ ਅੱਛਾ ਮੀਤ ਬੰਦਿਆਂ ਰੱਬ ਦੇਖਦਾ ਸਾਰਾ ਕੁਝ ਤੈਂ ਬਥੇਰੇ ਜ਼ੁਲਮ ਕਮਾਏ ਨੇ ਮੇਰੇ ਨਾਲ ਉਸ ਰੰਡੀ ਪਿੱਛੇ ਲੱਗ ਕੇ ਤੈਨੂੰ ਤਾਂ ਮੈਂ ਕੋਈ ਦੁਰਅਸੀਸ ਵੀ ਨਹੀਂ ਦੇ ਸਕਦੀ ਸੋਚਦੀ ਸੀ ਪਾਣੀ ਪੀ ਕੇ ਚਲਾ ਜਾਏਗਾ ਇਹ ਮਨਜੇ ਤੇ ਟੇਡਾ ਹੋ ਗਿਆ ਹਾਰ ਕੇ ਚਾਹ ਧਰਤੀ ਤੂੰ ਮੇਰੇ ਵੱਲ ਆਉਣ ਲੱਗਾ ਮਾਂ ਕਹਿੰਦੀ ਹੁੰਦੀ ਸੀ ਨਹੀਂ ਸਿਬੋ ਤੂੰ ਸਹਰਿਆਂ ਨੂੰ ਪਿਆਰੀ ਹੋਵੇਂਗੀ ਜਦੋਂ ਵੀ ਚੁੱਲ੍ਹੇ 'ਚ ਅੱਗ ਬਲਦੀ ਐ ਤੂੰ ਤੇਰੇ ਵੱਲ ਆਉਣ ਲੱਗਦਾ ਇਹ ਚੰਦਰਾ ਐਵੇਂ ਮੇਰੀਆਂ ਅੱਖਾਂ ਗਾਲੀ ਜਾਂਦਾ ਮੈਨੂੰ ਤਾਂ ਇੱਥੇ ਕੋਈ ਵੀ ਇਹੋ ਜਿਹਾ ਨਹੀਂ ਮਿਲਿਆ ਜਿਹਦਾ ਜਿਹਦੇ ਮੋਢੇ ਤੇ ਸਿਰ ਰੱਖ ਕੇ ਦੁੱਖ ਰੋ ਸਕਾਂ ਅੱਜ 3 ਦਿਨ ਹੋ ਗਏ ਨੇ ਅੰਦਰ ਪਿਆ ਰਹਿੰਦਾ ਜੋ ਦਿਨੀਆਂ ਖਾ ਛੜਦਾ ਹਨੇਰੇ ਸਵੇਰੇ ਬਾਰ ਬਾਰ ਜਾ ਆਉਂਦਾ ਇਹ ਆਇਆ ਕਿਉਂ ਹੈ ਨਾ ਤਾਂ ਇਹਨੇ ਦੱਸਿਆ ਨਾ ਹੀ ਮੇਰੀ ਪੁੱਛਣ ਦੀ ਹਿੰਮਤ ਪਈ ਹੈ ਸ਼ਾਇਦ ਉਸ ਰੰਡੀ ਨੇ ਘਰੋਂ ਕੱਢ ਦਿੱਤਾ ਜੇ ਘਰ ਦਾ ਪਾਲਿਆ ਕੁੱਤਾ ਬਿੰਦਕ ਨਾਂ ਦਿੱਸੇ ਤਾਂ ਲੱਭਣ ਲੱਗੀਦਾ ਪਰ ਉਹਨੇ ਇੱਕ ਵਾਰ ਨਾ ਪੁੱਛਿਆ ਨਾਲ ਲੱਭਿਆ ਧੰਨਵਾਦ ਚਲਦਾ